ਭਾਈ ਕਾਓਕੇ ਦੀ ਧਰਮ ਪਤਨੀ ਤੋਂ ਉਸ ਤੇ ਹੋਏ ਤਸ਼ੱਦਦ ਦੀ ਕਹਾਣੀ ਮੂੰਹ ਸੁਣੋ। 4 ਵਜੇ ਰੌਂਸ ਐਸ ਐਚ ਓ ਆਇਆ ਗਾ ਅਤੇ ਕੁੰਡਾ ਖੜਕਾਇਆ ਅਤੇ ਸਾਡੇ ਘਰ ਆ ਗਏ ਅਤੇ ਉਸ ਦਿਨ ਮੇਰੀ ਵੱਡੀ ਲੜਕੀ ਦਾ ਪਰਮਜੀਤ ਦਾ ਕਾਕਾ ਗੁਜ਼ਰ ਚੁੱਕਿਆ ਸੀਗਾ ਅਤੇ ਕਹਿੰਦੇ ਜੀ ਸੁਣ ਲੈਣ ਵਾਸਤੇ ਆਏ ਹਾਂ। ਮੈਂ ਉਹਨਾਂ ਨੂੰ ਇਹ ਗੱਲ ਆਖੀ, ਮੈਂ ਕਿਹਾ ਭਾਈ ਵੀ ਬੱਚਾ ਰਾਤ ਗੁਜ਼ਰ ਗਿਆ ਸੀ, ਰਾਤ ਹਸਪਤਾਲ ਲੈ ਕੇ ਆਇਆ 10 ਵਜੇ, ਮੇਰਾ ਸ਼ਿਕਾਰ ਕਰ ਲੈਣ ਦਾ। ਅਤੇ ਕਹਿੰਦੇ ਨਹੀਂ ਜੀ, ਸਾਨੂੰ ਤਾਂ ਹੁਕਮ ਉੱਤੋਂ ਲੈ ਕੇ ਜਾਣ। ਅਤੇ ਸਿੰਘ ਸਾਹਿਬ ਕਹਿੰਦੇ ਚਲੋ ਜੀ ਚਲੋ, ਅਤੇ ਉਹਨਾਂ ਨੂੰ 4:30 ਘਰੋਂ ਲੈ ਗਏ। ਅਤੇ ਉਦੋਂ ਬਾਅਦ ਫਿਰ ਅਸੀਂ ਮਤਲਬ ਕਾਕੇ ਨੂੰ ਉਹਨਾਂ ਦੇ ਪਿੰਡ ਜਾ ਕੇ ਉਤਗੜ੍ਹ ਦੀ ਮੰਡੀ ਅਸੀਂ ਸ਼ਿਕਾਰ ਕਾਕੇ ਦਾ ਕਰਤਾ ਅਤੇ ਫਿਰ ਉਹਨਾਂ ਨੂੰ 10 ਵਜੇ ਛੱਡ ਦਿੱਤਾ, ਜਗਰਾਉਂ ਲੈ ਗਏ ਸੀ। ਹਾਂ, ਜਗਰਾਉਂ ਹਰਬੰਸ ਸਿੰਘ ਪੁਲਿਸ ਵਾਲਾ ਲੈ ਗਿਆ ਸੀ। ਅਤੇ ਫਿਰ ਮਗਰ ਜਾ ਕੇ ਗਰੇ ਵਾਲੇ ਟੈਲੀਫੋਨ ਕਰਿਆ ਅਤੇ ਜਾ ਕੇ ਸਿੰਘ ਲਿਆਏ, ਉਸ 20 ਨੂੰ ਹੀ ਲੈ ਕੇ ਗਏ ਸੀ ਅਤੇ 20 ਨੂੰ ਹੀ 10 ਵਜੇ 4:30 ਲੈ ਕੇ ਗਏ, 10 ਵਜੇ ਛੱਡਤੀ ਸੀ। ਨਾ, ਦਿਨੇ 10 ਵਜੇ ਛੱਡਤੀ ਸੀ, ਨਾ ਉਸੇ ਦਿਨ। ਹਾਂ, ਸੁਬਹਾ 4 ਵਜੇ ਲਗਾਏ ਆ ਅਤੇ ਰਾਤ ਨੂੰ ਦਿਨੇ ਮਤਲਬ ਛੱਡਤੀ ਸੀ। ਉਦੋਂ ਬਾਅਦ ਫਿਰ ਮੈਂ ਆਪਦੀ ਲੜਕੀ ਕੋਲ ਸੀਗੀ ਅਤੇ 25 ਤਰੀਕ ਉਹਨਾਂ ਨੇ ਫਿਰ ਆਇਆ, ਦੂਜਾ ਗੁਰਮੀਤ ਸਿੰਘ ਐਸ ਐਚ ਓ ਆਇਆ। ਉਹ ਫਿਰ ਤੂੰ ਦੱਸ ਤੁਹਾਡੇ ਪਿਤਾ ਜੀ ਕਿੱਥੇ ਹਨ? ਤਾਂ ਅਸੀਂ ਉਹਨਾਂ ਨੂੰ ਕਿਹਾ ਦਿੱਤਾ ਕਿ ਗੁਰਦੁਆਰਾ ਸਾਹਿਬ ਕਥਾ ਕਰਨ ਲਈ ਗਏ ਹਨ, ਕਿਉਂਕਿ ਉਹ ਰੋਜ਼ਾਨਾ ਹੀ ਸਵੇਰੇ 6 ਤੋਂ 7 ਵਜੇ ਤੱਕ ਕਥਾ ਕਰਨ ਲਈ ਜਾਂਦੇ ਸਨ। ਤਾਂ ਉਸੇ ਟਾਈਮ ਉਹ ਪਿੱਛੇ ਹੀ ਗੱਡੀ ਲੈ ਕੇ ਗੁਰਦੁਆਰਾ ਸਾਹਿਬ ਚਲੇ ਗਏ। ਉਸ ਤੋਂ ਬਾਅਦ ਪਿਤਾ ਜੀ ਨੇ ਕਿਹਾ ਕਿ ਮੈਂ ਘਰ ਚੱਲ ਕੇ ਤੁਹਾਡੇ ਨਾਲ ਚੱਲਾਂਗਾ, ਹੋਰ ਉਹਨਾਂ ਨੇ ਕੁਝ ਨਹੀਂ ਕਿਹਾ। ਘਰ ਆ ਕੇ ਉਹਨਾਂ ਨੇ ਪਹਿਲਾਂ ਇਸ਼ਨਾਨ ਦੁਬਾਰਾ ਫਿਰ ਇਸ਼ਨਾਨ ਕੀਤਾ, ਗੁਰਦੁਆਰਾ ਸਾਹਿਬ ਤੋਂ ਆ ਕੇ ਚੋਲਾ ਪਾਇਆ, ਦਸਤਾਰ ਸਜਾਈ। ਉਸ ਤੋਂ ਬਾਅਦ ਜਿਸ ਕਮਰੇ ਵਿੱਚ ਸਾਡੀਆਂ ਪੋਥੀਆਂ ਰੱਖੀਆਂ ਹੋਈਆਂ ਹਨ ਉਸ ਵਿੱਚ ਖੜ ਕੇ ਉਹਨਾਂ ਨੇ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਜਦੋਂ ਤੁਰਨ ਲੱਗੇ, ਮੈਂ ਉਹਨਾਂ ਨੂੰ ਕੋਈ ਛਕਣ ਲਈ ਕਿਹਾ ਤਾਂ ਉਹਨਾਂ ਕਿਹਾ ਕਿ ਭਾਈ ਮੈਂ ਤਾਂ ਪਹਿਲਾਂ ਦਵਾਈ ਛਕਦਾ ਹਾਂ, ਬਾਅਦ ਵਿੱਚ ਹੀ ਕੋਈ ਛਕਾਂਗਾ। ਅਤੇ ਤੁਰਨ ਲੱਗੇ ਸਾਰੀ ਸੰਗਤ ਨੂੰ ਪਤੇ ਬੁਲਾ ਗਏ ਸਨ ਅਤੇ ਇਹ ਕਹਿ ਗਏ ਸਨ ਕਿ ਸ਼ਾਇਦ ਪੁਲਿਸ ਇਸ ਵਾਰ ਆਪਣਾ ਕਾਰਾ ਕਰ ਦੇਵੇਗੀ। ਅਸੀਂ ਸੋਚਿਆ ਕਿ ਪੁਲਿਸ ਉਹਨਾਂ ਨੂੰ ਫਿਰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਵਿੱਚ ਬੰਦ ਕਰ ਦੇਵੇਗੀ। ਤਾਂ ਉਹ ਜਾਣ ਲੱਗਿਆਂ ਨੇ ਕਿਹਾ, ਅਸੀਂ ਪ੍ਰਸ਼ਾਦੇ ਬਾਰੇ ਕਿਹਾ, ਉਹਨਾਂ ਕਿਹਾ ਕਿ ਦੁਪਹਿਰ ਵੇਲੇ ਪ੍ਰਸ਼ਾਦਾ ਭੇਜ ਦਿਓ। ਜਦੋਂ ਮੇਰਾ ਛੋਟਾ ਵੀਰ ਹਰੀ ਸਿੰਘ ਪ੍ਰਸ਼ਾਦਾ ਲੈ ਕੇ ਥਾਣੇ ਵਿੱਚ ਗਿਆ ਤਾਂ ਉਹਨਾਂ ਨੇ ਵਾਪਸ ਕਰ ਦਿੱਤਾ ਅਤੇ ਕਿਹਾ ਕਿ ਪ੍ਰਸ਼ਾਦਾ ਇੱਥੋਂ ਹੀ ਛਕ ਲੈਣਗੇ। ਪਰ ਉਹ ਪ੍ਰਸ਼ਾਦਾ ਥਾਣੇ ਵਿੱਚੋਂ ਕਦੇ ਵੀ ਨਹੀਂ ਛਕਦੇ। ਜਦੋਂ ਵੀ ਉਹਨਾਂ ਨੂੰ ਕਦੀ ਗ੍ਰਿਫਤਾਰ ਹੁੰਦੇ ਸਨ ਤਾਂ ਉਹ ਘਰ ਦਾ ਬਣਿਆ ਹੀ ਪ੍ਰਸ਼ਾਦਾ ਛਕਦੇ ਸਨ, ਕਦੇ ਬਾਹਰੋਂ ਪ੍ਰਸ਼ਾਦਾ ਨਹੀਂ ਸਨ ਛਕਦੇ, ਜਾਂ ਫਿਰ ਆਪਣਾ ਆਪ ਹੀ ਤਿਆਰ ਕਰਕੇ ਛਕਦੇ ਸਨ। ਉਸ ਤੋਂ ਬਾਅਦ ਅਸੀਂ ਆਪਣੀ ਮਾਤਾ ਜੀ ਨੂੰ ਆਪਣੀ ਜੋ ਵੱਡੀ ਭੈਣ ਪਰਮਜੀਤ ਕੋਲ ਗਏ ਹੋਏ ਸਨ ਉਹਨਾਂ ਨੂੰ ਉੱਥੋਂ ਮੰਗਵਾਇਆ ਅਤੇ ਉਹ ਸ਼ਾਮ ਨੂੰ 8:30 ਪ੍ਰਸ਼ਾਦਾ ਲੈ ਕੇ ਫਿਰ ਜਗਰਾਉਂ ਥਾਣੇ ਵਿੱਚ ਗਏ। ਫਿਰ ਅਸੀਂ ਮਤਲਬ ਉੱਥੇ ਜਾ ਕੇ ਆ ਕੇ ਅਸੀਂ ਪ੍ਰਸ਼ਾਦਾ ਫੜਾਉਣਾ, ਸਾਨੂੰ ਮੁਨਸ਼ੀ ਕਹਿਣ ਲੱਗਾ, ਕਹਿੰਦਾ ਤੁਸੀਂ ਠਹਿਰੋ, ਸਾਡਾ ਸਾਹਿਬ ਆ ਲੈਣ ਦੇ।
ਅਸੀਂ ਉਹਨੂੰ ਦੁਬਾਰਾ ਫਿਰ ਆਖਿਆ ਸੀ ਕਿ ਪ੍ਰਸ਼ਾਦਾ ਫੜਾਉਣਾ, ਕਹਿੰਦੇ ਠਹਿਰੋ। ਫਿਰ ਉਹੀ ਹਰਬੰਸ ਤੋਂ ਫਿਰ ਬਾਹਰ ਨਿਕਲਿਆ, ਕਹਿੰਦਾ ਇੱਥੇ ਧਰ ਜਾਓ। ਅਸੀਂ ਆ ਕੇ ਇੱਥੇ ਧਰਨਾ ਨਹੀਂ ਗਾ, ਦੋ ਤਿੰਨ ਦਫ਼ਾ ਅਸੀਂ ਆਖਿਆ ਵੀ ਅਸੀਂ ਪ੍ਰਸ਼ਾਦਾ ਵੀ ਉਹਨਾਂ ਨੇ ਨਹੀਂ ਛਕਣਾ, ਅਤੇ ਜੇ ਇੱਥੇ ਧਰਨਾ ਤਾਂ ਅਸੀਂ ਘਰ ਲੈ ਜਾਂਦੇ। ਕਹਿੰਦੇ ਜਾਓ ਲੈ ਜਾਓ। ਅਸੀਂ ਘਰ ਮੋੜ ਲਿਆ ਅਤੇ ਸਵੇਰੇ ਸੁਬਹਾ ਅਸੀਂ ਫਿਰ ਪ੍ਰਸ਼ਾਦਾ ਲੈ ਕੇ ਗਏ। ਤਾਂ ਸਵੇਰ ਸੁਬਹਾ ਫਿਰ ਸਾਡੇ ਘਰ ਜਿਹੜੇ ਦੋ ਬਜ਼ੁਰਗ ਪੈਂਦੇ ਸੀਗੇ ਉਹਨੂੰ ਲੈਣ ਵਾਸਤੇ ਆ ਗਏ, ਇੱਕ ਨੂੰ ਮਹਿੰਦਰ ਸਿੰਘ, ਇੱਕ ਨੂੰ ਜੀਤ ਸਿੰਘ। ਅਤੇ ਉਹਨੂੰ ਲੈ ਕੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਭਾਈ ਜੇ ਤੁਸੀਂ ਪ੍ਰਸ਼ਾਦਾ ਨਿੰਘਣ ਦੇਵੋਗੇ ਤਾਂ ਮੈਂ ਪ੍ਰਸ਼ਾਦਾ ਲਿਆਵਾਂ। ਕਹਿੰਦੇ ਜਿਵੇਂ ਤੁਹਾਨੂੰ ਰਾਤ ਆਖਿਆ ਸੀ ਜੇ ਤਾਂ ਉਵੇਂ ਧਰ ਕੇ ਆਉਣਾ ਤਾਂ ਆ ਜਾਓ, ਨਹੀਂ ਰਹਿਣ ਦਿਓ। ਚਲੋ ਮੈਂ ਪ੍ਰਸ਼ਾਦਾ ਲੈ ਕੇ ਚਲੀ ਗਈ ਅਤੇ ਪ੍ਰਸ਼ਾਦਾ ਉਹਨਾਂ ਨੇ ਅੰਦਰ ਨਾ ਨਿਗਲਤਾ। ਅਤੇ ਮੁੜ ਕੇ ਮੁਨਸ਼ੀ ਆਇਆ, ਕਹਿੰਦਾ ਅਜੇ ਦੁੱਧ ਹੈਗਾ ਦੇ ਦਿਓ। ਅਤੇ ਮੈਂ ਕਿਹਾ ਵੀ ਦੁੱਧ ਤਾਂ ਇਸ ਵੇਲੇ ਛਕਦੇ ਨੇ, ਉਹ ਤਾਂ ਪ੍ਰਸ਼ਾਦਾ ਛਕਦੇ ਆ। ਅਤੇ ਕਹਿੰਦੇ ਆ ਕਿ ਨਹੀਂ ਜੇ ਦੁੱਧ ਹੈਗਾ ਦੇ ਦਿਓ, ਉਹ ਤਾਂ ਦੁੱਧ ਇੱਥੋਂ ਛਕਦੇ। ਮੈਂ ਕਿਹਾ ਨਹੀਂ, ਮੈਨੂੰ ਮੈਂ ਨਹੀਂ ਦੁੱਧ ਛਕਦੇ ਹੁਣ। ਉਸ ਦਿਨ ਅਸੀਂ ਨੇਰੇ ਤਿੱਕਰ ਜਾਣੀ ਅਤੇ ਉੱਥੇ ਬੈਠੇ ਰਹੇ, ਸਾਨੂੰ ਪ੍ਰਸ਼ਾਦਾ ਨਹੀਂ ਅੰਦਰ ਨਿਗਲਤਾ। ਅਤੇ ਉਦੋਂ ਫਿਰ ਤੀਸਰੇ ਦਿਨ ਬਾਅਦ ਫਿਰ ਅਸੀਂ ਪ੍ਰਸ਼ਾਦਾ ਲੈ ਕੇ ਗਏ। ਫਿਰ ਕੋਈ ਤਕਰੀਬਨ 9 ਵਜੇ ਇੱਕ ਮਾਈ ਸਾਨੂੰ ਟੱਕਰ ਗਈ ਉੱਥੇ, ਉਹ ਅੰਦਰ ਜਾਣ ਦੀ ਸੀਗੀ ਆਪਣੇ ਨੂੰ। 27 ਤਰੀਕ ਵਾਲੇ ਦਿਨ ਸਾਨੂੰ ਮਾਈ ਟੱਕਰ ਗਈ, ਉਹ ਅੰਦਰ ਰਹਿਣ ਜਾਣ ਦੀ ਸੀਗੀ। ਉਹਨੂੰ ਮੈਂ ਆਖਿਆ ਮਾਤਾ ਜੀ ਵੀ ਸਿੰਘ ਸਾਹਿਬ ਦਾ ਕੋਈ ਅੰਦਰੋਂ ਪਤਾ ਲੈ ਕੇ ਆਓ। ਅਤੇ ਉਹ ਕਹਿੰਦੀ ਮੈਂ ਪੁੱਛਦੀ ਹਾਂ। ਉਹਨੇ ਜਾਂਦੇ ਅੰਦਰ ਵੜ ਕੇ ਸਾਰੀ ਪੜਤਾਲ ਕਰਕੇ ਕਹਿੰਦੀ ਮਾਤਾ ਬੀਬੀ ਜੀ ਮੈਂ ਪ੍ਰਸ਼ਾਦਾ ਫੜਾ ਸਕਦੀ ਹਾਂ। ਮੈਂ ਕਿਹਾ ਚਲੋ ਮਾਤਾ ਜੀ ਹੁਣ ਸਧਾਈ ਕਰਾ ਲੈਣਗੇ ਵੀ ਚਲੋ ਤੁਸੀਂ ਲੈ ਜਾਓ ਹੁਣ ਝੋਲਾ ਫੜ ਕੇ। ਜਦੋਂ ਝੋਲਾ ਫੜ ਕੇ ਲਗਾਈ ਉਹਨੇ ਡਾਕਟਰ ਬੁਲਾਇਆ, ਮੈਨੂੰ ਨਹੀਂ ਪਤਾ ਸੀ ਕਾਸ ਵਾਸਤੇ ਬੁਲਾਇਆ। ਜਦੋਂ ਡਾਕਟਰ ਆ ਗਿਆ ਅਤੇ ਉਦੋਂ ਫਿਰ ਮਾਈ ਕਹਿੰਦੀ ਆ, ਕਹਿੰਦੀ ਸਿੰਘ ਸਾਹਿਬ ਦੀ ਸਿਹਤ ਢਿੱਲੀ ਆ। ਮੈਂ ਡਾਕਟਰ ਨੂੰ ਪੁੱਛਿਆ, ਮੈਂ ਕਿਹਾ ਭਾਈ ਕੀ ਗੱਲ ਆ? ਕਹਿੰਦੇ ਬੁਖਾਰ ਆ ਜੀ। ਅਤੇ ਉਹਨਾਂ ਨੇ ਦਵਾਈ ਘੱਲਤੀ ਆ ਅਤੇ ਮੈਂ ਜਾਂਦੇ ਡਾਕਟਰ ਨੇ ਗੱਲ ਆ ਕੇ, ਮੈਂ ਕਿਹਾ ਭਾਈ ਦਵਾਈ ਚੰਗੀ ਤਰ੍ਹਾਂ ਦੇ ਦਿਓ। ਮੇਰੇ ਤਾਂ ਕੁਛ ਇਸ ਮਨ ਵਿੱਚ ਨਹੀਂ, ਜਿਹੜਾ ਮੇਰੇ ਕੋਲ ਸਿੰਘ ਖੜਾ ਸੀਗਾ ਉਹ ਕਹਿੰਦਾ ਕਿਤੇ ਮਤਲਬ ਵੀ ਕੁੱਟਮਾਰ ਤਾਂ ਨਹੀਂ ਕੀਤੀ? ਕਹਿੰਦੀ ਉਹ ਤਾਂ ਕੀਤੀ ਉਹਨਾਂ ਨੇ। ਕਹਿੰਦੇ ਫਿਰ ਮੈਂ ਡਾਕਟਰ ਨੂੰ ਦੁਬਾਰਾ ਫਿਰ ਪੁੱਛਿਆ, ਮੈਂ ਕਿਹਾ ਭਾਈ ਕਿੰਨੇ? ਕਹਿੰਦੇ ਜੀ ਉਹਦੇ ਤਾਂ ਮਤਲਬ ਨਾ ਨੀਲੇ ਨੀਲੇ ਪੱਟ ਕਰੇ ਪਏ ਆ। ਡਾਕਟਰ ਮਤਲਬ ਨਾਲ ਹੀ ਆ ਥਾਣੇ ਦੇ, ਨਾਲ ਨੋ ਨਹੀਂ ਮੈਨੂੰ ਪਤਾ, ਨਾਲ ਹੀ ਉਹਦੇ ਥਾਣੇ ਦੇ ਡਾਕਟਰ। ਉਹਨੇ ਪੁੱਛਿਆ ਅਤੇ ਮੈਂ ਕਿਹਾ ਭਾਈ ਵੀ ਚੰਗੀ ਤਰ੍ਹਾਂ ਦਵਾਈ ਦੇ ਦਿਓ। ਕਹਿੰਦੇ ਠੀਕ ਆ। ਫਿਰ ਉਹ ਮਾਈ ਨੇ ਆਖਿਆ ਵੀ ਉਹ ਭੁੰਜੇ ਦਰੀ 'ਤੇ ਪਏ ਆ, ਬਈ ਉਹ ਇੱਕ ਸੱਟਾਂ ਲੱਗੀਆਂ ਹੋਈਆਂ, ਇੱਕ ਉੱਤੇ ਕੰਬਲ ਜਿਹੜਾ ਘਰ ਵਾਲਾ ਕੰਬਲ ਸੀ ਉਹੀ ਕੰਬਲ ਸੀਗਾ, ਅਤੇ ਜਿਹੜੀ ਅਸੀਂ ਸ਼ਾਮ ਨੂੰ ਭੂਰੀ ਫੜਾ ਕੇ ਆਏ ਸੀਗੇ ਉਹ ਭੂਰੀ ਲੱਤਾਂ 'ਤੇ ਲਈ ਹੋਈ ਸੀ ਉਹਨਾਂ 'ਤੇ, ਅਤੇ ਬਾਕੀ ਹੋਰ ਕੋਈ ਕੱਪੜਾ ਨਹੀਂ ਸੀਗਾ। ਮਾਈ ਰਾਤ ਨੂੰ ਉਹ ਸਾਡੇ ਘਰੋਂ ਮਤਲਬ ਅਸੀਂ ਬਿਸਤਰਾ ਘਰ ਤੱਕ ਦੇ ਲਿਆ ਅਤੇ ਸਰਾਣਾ ਉਹ ਜਾਣ ਤਾਂ ਉਹਨਾਂ ਨੇ ਫੜ ਕੇ ਰੱਖ ਲਿਆ ਅਤੇ ਗਾਹਾਂ ਨਹੀਂ ਦਿੱਤਾ। ਫਿਰ ਮਾਤਾ ਕਹਿੰਦੀ ਵੀ ਦੁੱਧ ਲਿਆਵੋ, ਮੈਂ ਦੁੱਧ ਬਣਾ ਕੇ ਅਤੇ ਮਤਲਬ ਲੈ ਗਈ ਹਾਂ। ਉਦੋਂ ਮਾਤਾ ਕੋਲੇ ਤਾਂ ਰਹੀ ਆ, ਪਾਠ ਕਰਦੇ ਸੀਗੇ, ਇਹਨਾਂ ਨੇ ਹੱਥ ਮਾਰਤਾ ਵੀ ਇੱਥੇ ਰੱਖ ਦਿਓ ਮਾਤਾ ਜੀ। ਅਤੇ ਫਿਰ 28 ਤਰੀਕ ਵਾਲੇ ਦਿਨ ਫਿਰ ਮੈਂ ਆਪਦੇ ਕਾਕੇ ਕੋਲ ਘੱਲਤਾ, ਮੈਂ ਚਲੋ ਹੁਣ ਤਾਂ ਫੜਾ ਹੀ ਦਿੰਦੇ ਆ। ਅਤੇ ਉਹਨਾਂ ਨੇ 28 ਤਰੀਕ ਵਾਲੇ ਬਿਸਤਰਾ ਵੀ ਘੱਲਤਾ, ਕਹਿੰਦੇ ਹੁਣ ਤਾਂ ਸਟਾਫ ਚਲੇ ਗਏ। ਅਤੇ ਹਾਂ 28 ਤਰੀਕ ਨੂੰ ਘੱਲਿਆ ਉਹ ਕਲੇਰਾਂ ਤੋਂ, ਮੈਨੂੰ ਆਏ ਨਹੀਂ, ਮੈਂ ਜਾਣਦੀ ਕਲੇਰਾਂ ਤੋਂ ਆਉਂਦੇ ਇੱਥੇ। ਅਤੇ 28 ਤਰੀਕ ਨੂੰ ਬਿਸਤਰਾ ਤਾਂ ਫਿਰ ਉਹ ਮੁਨਸ਼ੀ ਨੇ ਫੜਾ ਤਾ, ਨਾਲੇ ਬਰਤਨ ਫੜਾ ਤੇ, ਕਹਿੰਦੇ ਜੀ ਉਹ ਤਾਂ ਸਟਾਫ ਚਲੇ ਗਏ। ਅਤੇ ਪਹਿਲਾਂ ਠਾਣੇ ਸੀ ਜੀ, ਪਹਿਲਾਂ ਠਾਣੇ ਸੀ, ਹਾਂ ਸਦਰ ਠਾਣੇ ਦੇ ਵਿੱਚ। ਫਿਰ ਜੋ ਸਟਾਫ ਦੇ ਵਿੱਚ ਲੈ ਕੇ ਉੱਥੇ ਸਾਰੀ ਦਿਹਾੜੀ ਅਸੀਂ ਮਤਲਬ ਜਾ ਕੇ, ਪਹਿਲਾਂ ਜਦੋਂ ਅਸੀਂ ਗਏ ਤਾਂ ਸਾਨੂੰ ਗਰੇਵਾਲ ਕਹਿੰਦਾ ਤੁਸੀਂ ਜਾਵੋ ਬਈ ਦੂਜਾ ਉੱਥੇ ਸੋਢੀ ਗਰਿਆ ਸ਼ੈਲਰ ਵਾਲਾ ਜੀ ਚੰਗੀ ਇਹਦੀ ਇੱਥੇ ਮਤਲਬ ਇਹਨਾਂ ਨਾਲ ਪੁਲਿਸ ਵਾਲਿਆਂ ਨਾਲ ਬਣਦੀ ਸੀਗੀ। ਅਤੇ ਕਹਿੰਦੇ ਜਾਓ ਹੁਣ ਸੋਢੀ ਉੱਥੇ ਆ ਗਿਆ, ਮੈਂ ਟੈਲੀਫੋਨ ਕਰਤਾ ਸੋਢੀ ਆ ਗਿਆ ਵੀ ਤੁਹਾਡਾ ਪ੍ਰਸ਼ਾਦਾ ਤਾਂ ਲੰਘਾਉਣ ਦੇਣਗੇ।
ਤੇ ਜਦੋਂ ਮੈਂ ਇੱਥੇ ਆਈ ਤਾਂ ਮੈਨੂੰ ਸੰਤਰੀ ਕਹਿਣ ਲੱਗਾ ਕਿਹਦਾ ਪ੍ਰਸ਼ਾਦਾ ਲੈ ਕੇ ਆਇਆ। ਮੈਂ ਕਿਹਾ ਭਾਈ ਸਾਹਿਬ ਦਾ। ਕਹਿੰਦੇ ਸਾਡੇ ਕੋਲ ਨਹੀਂ ਆਇਆ ਹੈਗਾ। ਅਤੇ ਚਲੋ ਅਸੀਂ ਮਾਤਾ ਉਹ ਡਾਕਟਰ ਦੁਕਾਨ 'ਤੇ ਸਾਰੀ ਦਿਹਾੜੀ ਬੈਠੇ ਰਹੇ। ਜਦੋਂ ਡਾਕਟਰ ਦੁਕਾਨ 'ਤੇ ਸਾਰੀ ਦਿਹਾੜੀ ਬੈਠੇ ਰਹੇ ਤਾਂ ਉਦਣ ਤਾਂ ਅਸੀਂ ਉਹਨਾਂ ਨੂੰ ਕੁਛ ਨਾ ਪੁੱਛਿਆ। ਅਤੇ ਦੂਏ ਦਿਨ ਅਸੀਂ ਫਿਰ ਚਲੇ ਗਏ ਉੱਥੇ ਲੈ ਕੇ ਪ੍ਰਸ਼ਾਦਾ। ਹਾਂ, 30 ਤਰੀਕ ਵਾਲੇ ਦਿਨ ਅਤੇ 30 ਤਰੀਕ 28 ਨੂੰ ਅਤੇ 28 ਨੂੰ ਉੱਥੇ ਬੈਠੇ ਰਹੇ 29 ਵਾਲੇ ਦਿਨ। ਤਾਂ ਅਸੀਂ ਪੁੱਛ ਹਾਂ 29 ਨੂੰ ਫਿਰ ਲੈ ਗਏ। 28 ਨੂੰ ਸਟਾਫ 'ਚ ਲੈ ਗਏ ਸੀ ਨਾ, ਅਤੇ 29 ਵਾਲੇ ਦਿਨ ਫਿਰ 29 ਵਾਲੇ ਦਿਨ ਅਸੀਂ ਉੱਥੇ ਬੈਠੇ ਰਹੇ। ਤਾਂ ਮੈਂ ਡਾਕਟਰ ਨੂੰ ਮਤਲਬ 11 ਵਜੇ ਆਖਿਆ, ਮੈਂ ਕਿਹਾ ਭਾਈ ਵੀ ਤੁਸੀਂ ਅੰਦਰ ਜਾਂਦੇ ਹੋ, ਸਾਡੇ ਕੁਛ ਬੰਦੇ ਦਾ ਪਤਾ। ਕਹਿੰਦਾ ਵੀ ਮੈਨੂੰ ਨਹੀਂ ਬੁਲਾਇਆ। ਉਦੋਂ ਬਾਅਦ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਬੁਲਾਇਆ ਅਤੇ ਮੈਂ ਆਖਿਆ, ਮੈਨੂੰ ਆ ਕੇ ਕਹਿੰਦਾ ਬੀਬੀ ਹੁਣ ਤੁਹਾਡਾ ਮਰੀਜ਼ ਮੈਂ ਦੇਖ ਆਉਂਦਾ ਵਾ, ਮੈਂ ਹੁਣ ਦਵਾਈ ਲੈ ਕੇ ਚੱਲਿਆ ਵਾ। ਪਹਿਲਾਂ ਉਹ ਗੋਲੀਆਂ, ਮੈਂ ਕਿਹਾ ਭਾਈ ਉਹਨਾਂ ਨੇ ਪੁੱਛ ਦੱਸਿਆ ਸੀ ਵੀ ਮਗਰ ਵੀ ਤੁਹਾਡੇ ਭੱਜ ਨੱਠ ਬਹੁਤ ਕਰ ਰਹੇ ਆ, ਬਈ ਹਜੇ ਦੇਖੋ ਇੱਕ ਦੋ ਦਿਨ ਤੁਹਾਡਾ ਮਤਲਬ ਕੋਈ ਗੱਲਬਾਤ ਬਣ ਜਾਵੇ ਤਾਂ। ਅਤੇ ਉਹ ਫਿਰ ਡਾਕਟਰ ਕਹਿੰਦਾ ਵੀ ਇੰਨੀ ਤਾਂ ਮੈਨੂੰ ਉਹਨਾਂ ਨੇ ਗੱਲ ਨਹੀਂ ਕਰਨ ਦੇਣੀ। ਚਲੋ ਫਿਰ ਜਦੋਂ ਗੋਲੀਆਂ ਦੇਣ ਗਿਆ, ਕਹਿੰਦਾ ਬੀਬੀ ਜੀ ਮੈਂ ਤੁਹਾਡੀ ਗੱਲ ਕਰਿਆ। ਕਹਿੰਦਾ ਮੈਂ ਪੁਲਿਸ ਵਾਲੇ ਨੂੰ ਕਿਹਾ ਬਈ ਜੇ ਤੂੰ ਪਾਣੀ ਦਾ ਗਲਾਸ ਲੈ ਕੇ ਆ। ਅਤੇ ਕਹਿੰਦੇ ਮੈਂ ਜਾਣੀ ਅਤੇ ਸਿੰਘ ਸਾਹਿਬ ਨੂੰ ਆਖਿਆ ਬਈ ਤੁਹਾਡੇ ਬਹੁਤ ਮਤਲਬ ਮੁਰ ਭੱਜ ਨੱਠ ਹੋ ਰਹੀ ਆ, ਬਈ ਦੂਜਾ ਇਸ ਤਰ੍ਹਾਂ ਕਰਕੇ 2 ਦਿਨ ਹੋ ਗਏ ਬੀਬੀ ਵੀ ਸਾਡੀ ਦੁਕਾਨ 'ਤੇ ਬੈਠੀ ਆ। ਸਿੰਘ ਸਾਹਿਬ ਕੁਛ ਬੋਲੇ ਨਹੀਂ। ਅਤੇ ਉਸੇ ਟਾਈਮ ਹੀ ਫਿਰ ਮਤਲਬ ਉੱਥੇ ਪੁਲਿਸ ਵਾਲਾ ਆ ਖੜ੍ਹਾ ਇੱਕ। ਮੈਂ ਇਹਨਾਂ ਨੂੰ ਆਖ ਮੈਂ ਆਖਿਆ ਭਾਈ ਵੀ ਤੁਸੀਂ ਚੰਗੀ ਤਰ੍ਹਾਂ। ਕਹਿੰਦੇ ਜੀ ਹੁਣ ਸੋਢੀ ਆਇਆ ਸੀ, ਉਸ ਨੂੰ ਆਖਿਆ ਸੀ ਵੀ ਇਹਨਾਂ ਤਾਂ ਹਾਲਤ ਬਹੁਤ ਮਤਲਬ ਠੀਕ ਨਹੀਂ ਗੀ, ਵੀ ਇਹਨੂੰ ਕੋਈ ਦਵਾਈ ਹੁਣ ਆਖੇ ਦਵਾਈ ਸ਼ੁਰੂ ਕੀਤੀ ਆ ਅਸੀਂ। ਅਤੇ ਫਿਰ ਉਹ ਆਇਆ ਕਹਿੰਦਾ ਜੀ ਆਓ ਟੀਕਾ ਲਾਵੋ, ਬਈ ਉਹ ਤਾਂ ਹੁਣ ਟੇਕਦੇ ਨਹੀਂ ਗੇ। ਅਤੇ ਇਹ ਡਾਕਟਰ ਨੇ ਗੱਲ ਆਖੀ, ਕਹਿੰਦਾ ਹੁਣ 2 ਜਣੇ ਫੜ ਕੇ ਬਿਠਾਵੋ ਤਾਂ ਉਹਨਾਂ ਦੀ ਦਵਾਈ ਮਤਲਬ ਥੱਲੇ ਜਾਵੇ, ਵੀ ਉਹਨਾਂ ਦਵਾਈ ਖੜੇ ਦੇ ਵਿੱਚ ਪਈ ਹੈ। ਇਹ 29 ਤਰੀਕ ਦੀ ਗੱਲ ਹੈ। ਕਹਿੰਦੇ ਉਹਨਾਂ ਦੀ ਦਵਾਈ ਮਤਲਬ ਥੱਲੇ ਜਾਵੇ। ਅਤੇ ਫਿਰ ਕਹਿੰਦੇ ਜੀ ਭੈਣ ਜੀ ਮੈਂ ਟੀਕਾ ਹੁਣ ਵੀ ਲਾਇਆ ਅਤੇ ਮੈਂ ਦੂਜਾ ਸਵੇਰੇ ਵੀ ਜਾਣਾ। ਫਿਰ 31 ਵਾਲੇ ਦਿਨ ਫਿਰ ਮੈਂ ਕਿਹਾ ਭਾਈ ਵੀ ਹੁਣ ਕਿਸ ਤਰ੍ਹਾਂ ਵਾ। ਕਹਿੰਦੇ ਵੀ ਹੁਣ ਜਦੋਂ ਸਵੇਰੇ ਗਏ ਆ, ਕਹਿੰਦੇ ਕੁਛ ਖਿਚੜੀ ਵਗੈਰਾ ਬਣਾ ਕੇ ਛਕ ਰਹੇ ਸੀ। ਫਿਰ ਮੈਂ ਉਹਨੂੰ ਇਹ ਵੀ ਆਖਿਆ, ਮੈਂ ਕਿਹਾ ਤੁਸੀਂ ਉਹਨਾਂ ਨੂੰ ਪੁੱਛੋ ਵੀ ਘਰ ਹੁਣ ਦਲੀਆ ਬਣਾ ਕੇ ਉਹਨੂੰ ਖਿਚੜੀ। ਕਹਿੰਦੇ ਪੁਲਿਸ ਵਾਲੇ ਨੂੰ ਮੈਂ ਆਖਿਆ, ਪੁਲਿਸ ਵਾਲਾ ਕਹਿੰਦਾ ਪੁੱਛੇ ਉਹਨੇ ਆ। ਅਤੇ ਜਦੋਂ ਪੁਲਿਸ ਵਾਲਾ ਪੁੱਛਣ ਗਿਆ ਅਤੇ ਕਹਿੰਦੇ ਮੂੰਗੀ ਦਾਲ ਲਿਆ ਦੇ। ਅਤੇ ਫਿਰ ਮੈਂ ਮਤਲਬ ਆਪਣੇ 31 ਤਰੀਕ ਵਾਲੇ ਦਿਨ ਮੂੰਗੀ ਦੀ ਦਾਲ ਲੈ ਕੇ ਗਈ। ਅਤੇ ਉਹ ਉੱਥੇ ਮਤਲਬ 8 ਤਰੀਕ ਤੱਕ ਲੰਘਣ 'ਤੇ ਸੀਗੀ। ਅਤੇ 31 ਤਰੀਕ ਨੂੰ ਸ਼ਾਮ ਨੂੰ ਇਹ ਫਿਰ ਸਟਾਫ 'ਚ ਲਿਆ, ਇੱਥੇ ਥਾਣੇ ਲਿਆ 31 ਤਰੀਕ ਨੂੰ ਸ਼ਾਮ ਨੂੰ। ਨਾ ਡਾਕਟਰ ਇਹ ਸਟਾਫ ਉਰੇ ਹੋਰ ਸੀਗਾ ਅਤੇ ਥਾਣੇ 'ਚ ਹੋਰ ਸੀਗਾ। ਉਹਦੇ ਜਣ ਤਾਂ ਕਾਲੀ ਪੱਗ ਬੰਨੀ ਹੁੰਦੀ ਆ, ਮਤਲਬ ਇਹ ਮੂਨਾ ਸੀਗਾ ਮਤਲਬ। ਅਤੇ ਫਿਰ ਅਸੀਂ ਮਤਲਬ 29 ਤਰੀਕ ਨੂੰ 31 ਨੂੰ ਅਸੀਂ ਫਿਰ ਸ਼ਾਮ ਨੂੰ ਮੈਂ ਚੱਲੀ ਗਈ ਰਿਟ ਕਰਨ ਵਾਸਤੇ। ਪਹਿਲੀ ਨੂੰ ਜਦੋਂ ਰਿਟ ਕਰਕੇ ਆਈ, ਉਹਨਾਂ ਨੇ ਮੈਨੂੰ ਨਾਲ ਹੀ ਮਤਲਬ ਉੱਥੋਂ ਭੇਜਤਾ, ਬੰਦਾ ਜੱਜ ਭੇਜਤਾ। ਅਤੇ ਉਸ ਦਿਨ ਮੈਂ ਆ ਕੇ ਮੈਂ ਕਿਹਾ ਵੀ ਜੇ ਆਪਾਂ ਸਟਾਫ 'ਚ ਛਾਪਾ ਮਾਰਿਆ ਬਈ ਹੋ ਸਕਦਾ ਹੋਰ ਨਾ ਪਾਸੇ ਹੋਣ, ਮੈਂ ਆਪਾਂ ਘਰੋਂ ਪਤਾ ਲਵਾਂ। ਜਦੋਂ ਘਰੋਂ ਪਤਾ ਲਿਆ, ਕਹਿੰਦੇ ਜੀ ਉਹ ਤਾਂ ਥਾਣੇ ਬੀਬੀ ਜੋ ਤੁਸੀਂ ਚਲੇ ਗਏ ਸੀਗੇ ਉਸੇ ਟਾਈਮ ਹੀ ਮਤਲਬ 31 ਤਰੀਕ ਨੂੰ ਸ਼ਾਮ ਨੂੰ ਹੀ ਥਾਣੇ ਲਿਆਉਂਦੇ। ਅਤੇ ਫਿਰ ਜਿਹੜੇ ਮਤਲਬ ਮਗਰ ਪ੍ਰਸ਼ਾਦਾ ਲੈ ਕੇ ਗਏ ਸਿੰਘ ਗਏ ਸੀਗੇ, ਉਹ ਕਹਿੰਦੇ ਵੀ 4 ਵਜੇ ਡਾਕਟਰ ਉਹੀ ਥਾਣੇ ਵਾਲਾ ਫਿਰ ਟੀਕਾ ਲਾ ਕੇ ਆਇਆ ਵਾ। ਉਦੋਂ ਦੱਸਦੇ ਸੀ ਵੀ ਹੀਟਰ ਲਾਇਆ ਹੋਇਆ ਸੀਗਾ, ਇੰਸਪੈਕਟਰ ਵਾਲੇ ਕਮਰੇ ਸੀਗੇ ਉਹ। ਅਤੇ ਪਹਿਲੀ ਵਾਲੇ ਦਿਨ ਜਾਣੀ ਅਤੇ 4 ਵਜੇ ਦੀ ਗੱਲ, ਹਾਂ ਸ਼ਾਮ ਦੇ 4 ਵਜੇ ਥਾਈ ਗੱਲ ਆ। ਅਤੇ ਉਦੋਂ ਡਾਕਟਰ ਟੀਕਾ ਲਾ ਕੇ ਆਇਆ ਵਾ,
ਤੇ ਕਹਿੰਦੇ ਸੀ ਵੀ ਹਾਲਤ ਸਿੰਘ ਸਾਹਿਬ ਦੀ ਬਹੁਤ, ਤੇ 4 ਵਜੇ ਤੋਂ ਬਾਅਦ ਫਿਰ ਇਹਨੇ ਟੈਰੋ ਕੱਟ ਕੀਤਾ। ਫਿਰ ਉਹ ਸ਼ਾਮ ਨੂੰ 6-7 ਵਜੇ ਤਾਈਂ ਗੱਡੀਆਂ ਬਹੁਤ ਰਹੀਆਂ, ਉਦੋਂ ਫਿਰ ਇਹਨਾਂ ਨੂੰ ਗੱਡੀ 'ਚ ਕਿਸੇ ਪਾ ਕੇ ਲੈ ਗਏ ਬਸ। ਤੇ ਉਦੋਂ ਇਹਨਾਂ ਨੇ ਮਤਲਬ ਉਦੋਂ 4 ਵਜੇ ਤੋਂ ਬਾਅਦ ਸਾਨੂੰ ਆਪ ਹੈ ਵੀ ਮਤਲਬ ਉਹਨਾਂ ਨੇ ਸਿੱਧੀ ਪ੍ਰਾਪਤ ਕਰ ਲਈ। ਉਹ ਜੀ ਮਤਲਬ ਮੂਹਰੇ ਜਿਹੜੇ ਮਗਰ ਖੜੇ ਸੀ ਬੰਦੇ ਸਾਰੇ, ਉਹ ਗੱਡੀਆਂ ਆਉਂਦੀਆਂ ਜਾਂਦੀਆਂ ਸੀਗੀਆਂ, ਤੇ ਫਿਰ ਸਾਨੂੰ ਅੰਦਰੋਂ ਵੀ ਮਤਲਬ ਬਿੜਕ ਲੱਗੀ। ਹਾਂਜੀ ਉਹ ਅਸੀਂ 2 ਤਰੀਕ ਨੂੰ ਕਰਾਇਆ ਵਾ, ਸ਼ਾਮ ਦੇ 6-7 ਵਜੇ ਨਹੀਂ ਉਹ ਫਿਰ 1 ਤਰੀਕ ਤਾਂ ਅਸੀਂ ਲਿਆਏ ਨਾ, ਰਾਤ ਦੇ 8-9 ਵਜੇ ਘਰੇ ਆ ਗਏ ਅਸੀਂ। ਤੇ ਫਿਰ ਸਾਰੀ ਦਿਹਾੜੀ ਅਸੀਂ ਪਤਾ ਕਰਦੇ ਰਹੇ, ਸਾਨੂੰ ਕਹਿੰਦੇ ਬਈ ਇੱਥੇ ਠਾਣੇ ਆ ਜਾਂ ਇੱਥੇ, ਅਸੀਂ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਉਨਾ ਚਿਰ। ਫਿਰ ਉਹ ਰੋਡੇ ਵਾਲਾ ਕੈਪਟਨ ਸਾਹਿਬ ਆ ਗਏ, ਤੇ ਉਹਨਾਂ ਨੇ ਫਿਰ ਉਹ ਸਵਰਨ ਸਿੰਘ ਦੀ ਬਦਲੀ ਹੁੰਦੀ ਸੀਗੀ, ਤੇ ਉਹਨਾਂ ਨੇ ਪੁੱਛਿਆ ਵੀ ਤੂੰ ਜਾਂਦਾ ਹੋਇਆ ਸਾਡਾ ਬੰਦਾ ਛੱਡ ਜਾ। ਕਹਿੰਦਾ ਜੀ ਮੈਂ ਤਾਂ ਉਹਨਾਂ ਤੇ ਕੇਸ ਪਾ ਚੁੱਕਿਆ ਹੁਣ, ਤੇ ਉਹਨਾਂ ਨੂੰ 1-2 ਦਿਨ ਦੇ ਵਿੱਚ ਜੇਲ੍ਹ ਘੱਲ ਦੇਵਾਂਗਾ। ਤੇ ਉਹ ਹੈਗੀ 4 ਵਜੇ ਦੀ ਗੱਲ, ਫਿਰ ਅਸੀਂ 6 ਵਜੇ ਮਤਲਬ ਆਪਣਾ ਰੇਟ ਮਾਰਿਆ ਸੀਗਾ। ਤੇ ਹਾਂ ਹਾਂ ਸ਼ਾਮ ਨੂੰ 6-7 ਵਜੇ ਬਸ ਪਹਿਲਾਂ ਥਾਣੇ ਮਾਰਿਆ, ਥਾਣੇ ਉਹਨਾਂ ਨੇ ਪੁੱਛਿਆ ਜੱਜ ਨੇ ਵੀ ਇੱਥੇ ਕੋਈ ਤੁਹਾਡੇ ਕੋਲ ਭਾਈ ਸਾਹਿਬ ਗੁਰਦੇਵ ਸਿੰਘ? ਕਹਿੰਦੇ ਨਹੀਂ ਸਾਡੇ ਕੋਲ ਨਹੀਂ। ਤੇ ਕਹਿੰਦੇ ਕੋਈ ਉਹਨਾਂ ਦੇ ਕੇਸ ਬਰਾਮਦ? ਕਹਿੰਦੇ ਨਹੀਂ ਸਾਡੇ ਕੋਲ ਨਹੀਂ। ਫਿਰ ਅਸੀਂ ਸਟਾਫ 'ਚ ਮਾਰਿਆ ਅਤੇ ਸਾਨੂੰ ਉੱਥੋਂ ਮਤਲਬ ਮਿਲਿਆ ਨਹੀਂ। ਅਸੀਂ 2 ਤਰੀਕ ਨੂੰ ਜੀ ਦੇਖਿਆ ਜੀ ਰੇਟ ਮਾਰੀ ਨਾ, 2 ਤਰੀਕ ਨੂੰ ਬਰਾਂਡੇ ਦੇ ਵਿੱਚ ਸੀਗੇ ਤੇ ਸਾਨੂੰ ਉਹਨਾਂ ਨੇ ਫਤਿਹ ਬੁਲਾਈ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਆਖਿਆ ਇੱਥੇ ਭਾਈ ਜਹਾਜ਼ਾਰ ਨੇਗੇ? ਤੇ ਉਹ ਉਹਨਾਂ ਨੇ ਹੁਣ ਪੁਲਿਸ ਤੋਂ ਡਰਦਿਆਂ ਨੇ, ਵਿਚਾਰਿਆਂ ਨੇ ਆਖਿਆ ਵੀ ਸਾਨੂੰ ਤਾਂ ਪਤਾ ਨਹੀਂ ਆ। ਉੱਠ ਕੇ ਮੈਨੂੰ ਦੋਹਾਂ ਨੇ ਸਿੰਘਾਂ ਨੇ ਫਤਿਹ ਬੁਲਾਈ ਆ। ਹਜੇ ਛੱਡੇ ਨੀ ਜੀ, ਉਹ ਥਾਣੇ ਵਿੱਚ 1 ਨੂੰ ਅਜੀਤ ਸਿੰਘ, 1 ਨੂੰ ਮਹਿੰਦਰ ਸਿੰਘ। ਹਾਂ ਸਾਡੇ ਪਿੰਡ ਦੇ ਆ ਜੀ। ਉਹ ਰਾਜਪਾਲ, ਰਾਜਪਾਲ ਦੁਕਾਨ, ਰਾਜਪਾਲ ਹਸਪਤਾਲ ਦੇ ਸਿੱਖ ਡਾਕਟਰ ਸੀਗਾ ਜਿਹੜੇ 1 ਤਰੀਕ ਨੂੰ ਉਹਨਾਂ ਨਾਲ ਖਿਚੜੀ ਛਕਾ ਕੇ ਤੇ ਉਹਨਾਂ ਨੂੰ ਦਵਾਈ ਦੇ ਕੇ ਆਏ ਆ। 4 ਵਜੇ ਲਗਭਗ, 4 ਵਜੇ ਜੀ ਤਕਰੀਬਨ ਸ਼ਾਮ ਨੂੰ। ਇਹ ਸਦਰ ਥਾਣੇ ਦੇ ਲਾਗੇ ਹੀ ਹੈ। ਹਾਂਜੀ 6 ਦਿਨਾਂ ਦਾ ਸੀ, ਪਰਮਜੀਤ ਕੌਰ 19 ਤਰੀਕ ਨੂੰ ਸ਼ਾਮ ਨੂੰ ਨਾ 19 ਤਰੀਕ ਸ਼ਾਮ ਨੂੰ ਹੋਈ। 30 ਤਰੀਕ ਨੂੰ ਮਤਲਬ ਸ਼ਿਕਾਰ ਨਹੀਂ, ਮੈਂ ਤਾਂ ਉੱਥੇ ਅਹਿਮਦਗੜ੍ਹ ਦੀ ਮੰਡੀ ਵਿੱਚ ਹੀ ਸੀ। ਇਹ ਬੀਬੀ ਹੁਣੀ ਇੱਥੇ ਕਾਕੇ ਨੂੰ ਲਿਆਏ ਸੀਗੇ। ਹਾਂਜੀ ਬਾਪੂ ਜੀ ਹੁਣੀ ਜਿਹੜੇ ਮੇਰੇ ਸਹੁਰਾ ਜੀ ਆ ਉਹ ਵੀ ਨਾਲ ਇੱਥੇ ਆ ਗਏ ਸੀਗੇ, ਮੇਰੇ ਘਰ ਵਾਲਾ ਵੀ ਨਾਲ ਇੱਥੇ ਆ ਗਿਆ ਸੀਗਾ। ਨਹੀਂ ਉਹਨਾਂ ਨੂੰ ਤਾਂ ਪਹਿਲਾਂ ਹੀ 4 ਤਰੀਕ ਨੂੰ 4 ਵਜੇ ਸ਼ਾਮ ਸਵੇਰੇ ਸਾਜਰੇ 20 ਤਰੀਕ ਨੂੰ ਚੱਕ ਕੇ ਲੈ ਗਏ ਸੀ। ਹਾਂਜੀ 20 ਨੂੰ ਸੰਸਕਾਰ ਕੀਤਾ।
ਵੀਹ ਨੂੰ ਉਹਦੇ ਉਹਨਾਂ ਨੇ ਸ਼ਾਮ ਨੂੰ ਹੀ ਛੱਡ ਦਿੱਤੇ ਸੀਗੇ। ਦੁਪਹਿਰ ਨੂੰ ਸੰਸਕਾਰ ਨਹੀਂ, ਸੰਸਕਾਰ ਤੇ ਨਹੀਂ ਜਾਣ ਦਿੱਤੇ। ਹਰੀ ਸਿੰਘ, ਹਾਂਜੀ, ਸਤਾਈ ਤਰੀਕ ਨੂੰ ਚੱਕਿਆ, ਹਾਂਜੀ, ਉੱਥੇ ਸਟਾਫ 'ਚ ਸੀ, ਹਾਂਜੀ, ਉਹ 1 ਤਰੀਕ ਨੂੰ, 1 ਤਰੀਕ ਨੂੰ ਛੱਡਿਆ ਸੀ, ਹਾਂਜੀ। ਉਹ ਕਹਿੰਦੇ ਆ ਜੀ ਜਦੋਂ 28 ਤਰੀਕ ਨੂੰ ਐਸ ਪੀ ਦੇ ਦਫ਼ਤਰ 'ਚ ਦੂਜਾ ਭਾਈ ਸਾਹਿਬ ਦੀ ਗੱਲ ਕਰਾਈ ਸੀ ਮੇਰੇ ਨਾਲ, ਅਤੇ ਕਹਿੰਦੇ ਵੀ ਉਹ ਬਹੁਤ ਕੁੱਟੇ ਮਾਰੇ ਸੀ, ਹੌਲੀ ਹੌਲੀ ਗੱਲ ਕਰਦੇ ਸੀ, ਅਤੇ ਕਹਿੰਦੇ ਵੀ ਉਦੋਂ ਕੁਛ ਨਹੀਂ ਸੀ ਦੱਸਦੇ, ਅਤੇ ਉਹ ਕਹਿੰਦੇ ਵੀ ਉਹਨਾਂ ਸਾਰਾ ਕੁਛ ਦੱਸਿਆ ਜੀ, ਅਤੇ ਵੀ ਐਂ ਬਹੁਤ ਕੁੱਟੇ ਮਾਰੇ ਸੀ। 1 ਤਰੀਕ ਨੂੰ ਮਿਲਿਆ, ਹੁਣ ਉਹ ਜੇਰਾਂ ਰਹਿੰਦੇ, ਉਹਨਾਂ ਨੂੰ ਬਹੁਤ ਕੁੱਟਿਆ ਜੀ, ਹਾਂਜੀ, ਮੋਢਾ ਵੀ ਤੋੜਿਆ ਉਹਨਾਂ ਦਾ, ਹਾਂਜੀ। ਹਾਂਜੀ ਆਏ ਸੀਗੇ 27 ਜਨਵਰੀ ਨੂੰ, 27 ਦਸੰਬਰ ਨੂੰ ਗੁਰਮੀਤ ਸਿੰਘ ਇੰਸਪੈਕਟਰ ਆਇਆ, ਅਤੇ ਅਸੀਂ ਉਸਨੂੰ ਕਿਹਾ ਕਿ ਉਹਨਾਂ ਨੇ 3 ਦਿਨਾਂ ਤੋਂ ਕੁਝ ਵੀ ਛਕਿਆ ਨਹੀਂ, ਤਾਂ ਅਸੀਂ ਕਿ ਉਹਨਾਂ ਦੀ ਮੌਤ ਹੋ ਸਕਦੀ ਆ, ਕਹਿੰਦਾ ਹੁੰਦੀ ਤਾਂ ਹੋ ਜਾਵੇ, ਹੁਣ ਤਾਂ ਇੱਕ ਪਾਸਾ ਹੀ ਕਰਨਾ ਹੈ। ਅਸੀਂ ਕਹਿੰਦੇ ਅਸੀਂ ਤਾਂ ਪਹਿਲਾਂ ਉਹਨਾਂ ਨੂੰ ਰਿਹਾਅ ਕੀਤਾ ਸੀ ਕਿ ਘਰ ਟਹਿ ਕੇ ਬੈਠ ਜਾਣਗੇ, ਪਰ ਉਹਨਾਂ ਨੇ ਨਹੀਂ ਬੈਠਣਾ, ਹੁਣ ਤਾਂ ਅਸੀਂ ਇੱਕ ਪਾਸਾ ਹੀ ਕਰਨਾ ਹੈ। ਜਦੋਂ ਸ਼ਹੀਦ ਸਾਨੂੰ ਪਤਾ ਲੱਗਿਆ ਤੇ 10 ਵਜੇ ਤੱਕ ਜਿਹੜੀ ਸੰਗਤ ਅੰਦਰ ਆਈ, ਉਸ ਤੋਂ ਬਾਅਦ ਮਾਨ ਸਾਹਿਬ ਆ ਗਏ, ਉਹਨਾਂ ਨੇ ਕਿਹਾ ਕਿ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਕੋਈ ਪ੍ਰੋਗਰਾਮ ਬਣਾਉਂਦੇ ਹਾਂ। ਜਦੋਂ ਅਸੀਂ ਗੇਟ ਤੋਂ ਬਾਅਦ ਬਾਹਰ ਨਿਕਲੇ ਤਾਂ ਰਸਤੇ ਵਿੱਚ ਹੀ ਸਾਨੂੰ ਪੁਲਿਸ ਵਾਲਿਆਂ ਨੇ ਮਾਨ ਸਾਹਿਬ ਨੂੰ ਕਹਿੰਦੇ ਕਿ ਤੁਹਾਨੂੰ ਅਰੈਸਟ ਕਰ ਲਿਆ ਗਿਆ ਹੈ, ਤਾਂ ਮਾਨ ਸਾਹਿਬ ਨੇ ਉੱਥੇ ਹੀ ਧਰਨਾ ਦਿੱਤਾ, 1 ਘੰਟਾ ਉੱਥੇ ਬੈਠੇ ਰਹੇ। ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਿਮਰਜੀਤ ਸਿੰਘ ਮਾਨ ਅਤੇ ਬਾਬਾ ਜਗਿੰਦਰ ਸਿੰਘ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਸਾਨੂੰ ਵਾਪਸ ਘਰ ਭੇਜ ਦਿੱਤਾ ਗਿਆ। 5 ਅਤੇ 6 ਤਰੀਕ ਨੂੰ ਸਾਰੇ ਪਿੰਡ ਵਿੱਚ ਅਣਐਲਾਨਿਆ ਕਰਫਿਊ ਲਗਾ ਦਿੱਤਾ ਗਿਆ, ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਆਉਣ ਦਿੱਤਾ ਗਿਆ। ਮੇਰੀ ਵੱਡੀ ਭੈਣ ਪਰਮਜੀਤ ਕੌਰ ਜਦ 4 ਤਰੀਕ ਨੂੰ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ, ਜਦ 5 ਜਨਵਰੀ ਨੂੰ ਉਹਨਾਂ ਨੇ ਘਰ ਵਿੱਚ ਆਉਣਾ ਚਾਹਿਆ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ। ਬਹੁਤ ਜ਼ਿਆਦਾ ਮਿੰਨਤਾਂ ਤਾਰਲਿਆਂ ਦੇ ਬਾਅਦ ਉਹ ਸਿਰਫ ਉਹਨਾਂ ਨੂੰ 1/2 ਘੰਟਾ ਦਿੱਤਾ ਗਿਆ ਵੀ ਤੁਸੀਂ ਅੰਦਰ ਆ ਸਕਦੇ ਹੋ। ਉਹਨਾਂ ਦੇ ਪਰਿਵਾਰ ਦੇ ਮੈਂਬਰ, ਮੇਰੀ ਵੱਡੀ ਭੈਣ ਪਰਮਜੀਤ ਕੌਰ ਦੀ ਸੱਸ, ਸਹੁਰਾ ਅਤੇ ਹੋਰ ਵੀ ਰਿਸ਼ਤੇਦਾਰ ਸਨ, ਉਹਨਾਂ ਨੂੰ ਕਿਹਾ ਕਿ 1/2 ਘੰਟੇ ਵਿੱਚ ਜੋ ਵੀ ਗੱਲਬਾਤ ਕਰਨੀ ਹੈ ਕਰਕੇ ਬਹੁਤ ਛੇਤੀ ਵਾਪਸ ਚਲੇ ਜਾਓ। ਸਿਰਫ 1/2 ਘੰਟੇ ਦਾ ਟਾਈਮ ਦੇ ਕੇ ਉਹ ਵਾਪਸ ਚਲੇ ਗਏ। ਉਸ ਤੋਂ ਬਾਅਦ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ। ਬਿਲਕੁਲ ਨਹੀਂ, ਸਾਰੇ ਪਿੰਡ ਵਿੱਚ ਕਿਸੇ ਬੰਦੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਸਿਮਰਜੀਤ ਸਿੰਘ ਮਾਨ ਅਤੇ ਹੋਰ ਵੀ ਬਹੁਤ ਸਾਰੇ ਲੀਡਰ, ਉਹਨਾਂ ਨੂੰ GT ਰੋਡ ਤੋਂ ਹੀ ਬਹੁਤ ਸਾਰੇ ਧੱਕਾ ਕੁੱਟਿਆ ਗਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਡੇ ਘਰ ਵਿੱਚ ਕੋਈ ਵੀ ਮੈਂਬਰ ਬੰਦਾ 5-6 ਤਰੀਕ ਅਸੀਂ ਇਕੱਲੇ ਹੀ ਘਰ ਵਿੱਚ ਰਹੇ, ਕਿਸੇ ਨੂੰ ਨਹੀਂ ਆਉਣ ਦਿੱਤਾ ਗਿਆ।
ਬਿਲਕੁਲ ਨਹੀਂ ਮਿਲਣ ਦਿੱਤਾ ਗਿਆ।